ਕੋਰੋਨਾ ਵਾਇਰਸ ਦੇ ਸ਼ੱਕੀਆਂ ਦੀ ਵੱਧ ਰਹੀ ਗਿਣਤੀ ਨੂੰ ਦੇਖਦੇ ਹੋਏ ਪ੍ਰਸ਼ਾਸਨ ਵੱਲੋਂ ਗੜ੍ਹ ਸ਼ੰਕਰ ਦੇ 4 ਹੋਰ ਪਿੰਡਾਂ ਨੂੰ ਸੀਲ ਕਰ ਦਿੱਤਾ ਗਿਆ। ਇਹਨਾਂ ਪਿੰਡਾਂ ਦੇ ਵਿੱਚ ਪੋਸੀ, ਐਮਾ ਜੱਟਾਂ, ਬੀਂਜੋਂ ਤੇ ਬਸਿਆਲਾ ਸ਼ਾਮਲ ਹਨ। ਭਾਵੇਂ ਕਿ ਪਹਿਲਾਂ ਹੀ ਕਰਫਿਊ ਦੇ ਮੱਦੇਨਜ਼ਰ ਲੋਕਾਂ ਦੇ ਪਿੰਡੋਂ ਬਾਹਰ ਜਾਣ ਤੇ ਮਨਾਹੀ ਹੈ, ਪਰ ਸਿਹਤ ਵਿਭਾਗ ਦੇ ਵੇਰਵਿਆਂ ਤੋਂ ਬਾਅਦ ਪੁਲਿਸ ਵੱਲੋਂ ਇਹਨਾਂ ਪਿੰਡਾਂ ਨੂੰ ਜਾਣ ਵਾਲਿਆਂ ਰਸਤਿਆਂ ਨੂੰ ਸੀਲ ਕਰਦੇ ਹੋਏ ਇੱਥੇ ਪੁਲਿਸ ਦਾ ਸਖ਼ਤ ਪਹਿਰਾ ਲਗਾ ਦਿੱਤਾ। ਮੋਹਰਾਂ ਵਾਲੀ ਤੋਂ ਇਲਾਵਾ ਅਸੀਂ 4 ਪਿੰਡ ਹੋਰ ਜਿਹੜੇ ਸੀਲ ਕੀਤੇ ਆ, ਉਹਦੇ 'ਚ ਪੋਸੀ ਹੈ, ਬਸਿਆਲਾ ਹੈ, ਐਮਾ ਜੱਟਾਂ ਹੈ ਅਤੇ ਬਿੰਜੋ ਹੈ। ਅਤੇ ਇਹਨਾਂ 4 ਪਿੰਡਾਂ 'ਚ ਵੀ ਹੁਣ ਜਿਹੜੀ ਕਿਸੇ ਵੀ ਬੰਦੇ ਨੂੰ ਜਿਹੜਾ ਬਾਹਰ ਨਹੀਂ ਆਉਣ ਦਿੱਤਾ ਜਾਏਗਾ। ਜੋ ਵੈਸੇ ਵੀ ਕਰਫਿਊ ਲੱਗਿਆ ਹੋਇਆ ਉਹ ਤਾਂ ਹੁਣ ਵੈਸੇ ਰੂਲਡ ਆਊਟ ਹੈ, ਬਟ ਇਹਨਾਂ ਪਿੰਡਾਂ 'ਤੇ ਜ਼ਿਆਦਾ ਧਿਆਨ ਰੱਖਿਆ ਜਾ ਰਿਹਾ। ਇਹਨਾਂ ਦੀ ਅਸੀਂ ਕੱਲ੍ਹ ਛਿੜਕਾਅ ਵੀ ਕਰਾਇਆ ਇਹਨਾਂ ਪਿੰਡਾਂ 'ਚ ਜਿਹੜੇ ਕੈਮੀਕਲ ਦਾ, ਜਿਹਦੇ ਨਾਲ ਕਿ ਇਹ ਵਾਇਰਸ ਆ ਜਿਹੜਾ ਉਹ ਮਰ ਸਕੇ। ਅਜੀਤ ਦੇ ਲਈ ਗੜ੍ਹ ਸ਼ੰਕਰ ਤੋਂ ਤਾਲੀਵਾਲ ਦੀ ਰਿਪੋਰਟ। ਵਧੇਰੇ ਖਬਰਾਂ ਦੇ ਲਈ ਤੁਸੀਂ ਬਣੇ ਰਹੋ ਅਜੀਤ ਵੈਬ ਟੀਵੀ ਦੇ ਨਾਲ।